ਪਟਿਆਲਾ ਜ਼ਿਲ੍ਹੇ ਦੇ ਪਿੰਡ ਲੰਗ ਦੇ ਰਹਿਣ ਵਾਲੇ ਗੁਰਚਰਨ ਸਿੰਘ ਪਟਿਆਲਾ ਹੀ ਨਹੀਂ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਟਰਬਨ ਪਗੜੀ ਦੀ ਜਿਹੜੀ ਦਸਤਾਰ ਹੈ ਉਹਨੂੰ ਸਜਾਉਣ ਦੇ ਲਈ ਬਹੁਤ ਜ਼ਿਆਦਾ ਮਸ਼ਹੂਰ ਸੀ। ਪਰ ਕੁਝ ਦਿਨ ਪਹਿਲਾਂ ਉਹਨਾਂ ਦੀ ਫਿਲੀਪੀਨਸ ਦੇ ਵਿੱਚ ਬੇਹੱਦ ਛੋਟੀ ਉਮਰ ਦੇ ਵਿੱਚ ਮੌਤ ਹੋ ਜਾਂਦੀ ਹੈ ਜਦੋਂ ਆਪਣੇ ਮਾਤਾ ਦੇ ਨਾਲ ਪੱਗ ਕਲਚਰ ਨੂੰ ਦਸਤਾਰ ਕਲਚਰ ਨੂੰ ਵਧਾਵਾ ਦੇਣ ਦੇ ਲਈ ਟੂਰ ਦੇ ਉੱਤੇ ਸੀ। ਮੈਂ ਇਸ ਵੇਲੇ ਘਰ ਦੇ ਵਿੱਚ ਮੌਜੂਦ ਹਾਂ ਅਤੇ ਤੁਸੀਂ ਦੇਖੋ ਕਿ ਜਿਹੜੇ ਪਿੰਡ ਦੇ ਲੋਕ ਨੇ ਪਿੰਡ ਵਾਸੀ ਨੇ ਉਹ ਇਸ ਘਰ ਦੇ ਵਿੱਚ ਆਏ ਨੇ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਸਿਰਫ ਗੁਰਚਰਨ ਅਤੇ ਉਹਨਾਂ ਦੇ ਮਾਤਾ ਜੀ ਸੀਗੀ, ਹੋਰ ਕੋਈ ਨਹੀਂ ਹੈਗਾ। ਅਤੇ ਗੁਰਚਰਨ ਦੇ ਮਨ ਦੇ ਵਿੱਚ ਇਹੀ ਇੱਛਾ ਸੀਗੀ ਕਿ ਉਹ ਜਿਹੜੀ ਦਸਤਾਰ ਹੈ ਜਿਹੜੀ ਸਿੱਖ ਧਰਮ ਦੀ ਸ਼ਾਨ ਸਮਝੀ ਜਾਂਦੀ ਹੈ, ਗੁਰੂਆਂ ਦੀ ਬਖਸ਼ੀ ਹੋਈ ਦਾਤ ਹੈ, ਉਸ ਕਲਚਰ ਨੂੰ ਦਸਤਾਰ ਨੂੰ ਮੈਂ ਪੂਰੇ ਵਿਸ਼ਵ ਦੇ ਵਿੱਚ ਫੈਲਾਵਾਂ। ਅਤੇ ਇਸ ਨੂੰ ਲੈ ਕੇ ਉਹ ਸਮੇਂ ਸਮੇਂ ਦੇ ਉੱਪਰ ਦੇਸ਼ ਵਿਦੇਸ਼ਾਂ ਦੇ ਵਿੱਚ ਜਾਂਦੇ ਰਹਿੰਦੇ ਸੀ ਕਿ ਜਿਹੜੇ ਸਾਡੇ ਨੌਜਵਾਨ ਨੇ ਉਹ ਸਿਰ ਦੇ ਉੱਪਰ ਦਸਤਾਰ ਸਜਾਉਣ। ਉਸ ਨੂੰ ਤਾਜ ਕਹਿੰਦੇ ਸੀ ਅਤੇ ਤਾਜ ਪਗੜੀ ਸੈਂਟਰ ਉਹਨਾਂ ਨੇ ਆਪਣਾ ਖੋਲ੍ਹਿਆ ਹੋਇਆ ਸੀ। ਤੁਸੀਂ ਅੰਦਰ ਦੇਖੋ ਕਿ ਮੇਰੇ ਨਾਲ ਜਿਹੜੇ ਪਿੰਡ ਦੇ ਮੋਹਤਵਰ ਬੰਦੇ ਨੇ ਜਾਂ ਨੌਜਵਾਨ ਨੇ ਉਹ ਮੌਜੂਦ ਨੇ। ਹਰ ਇੱਕ ਜਿਹੜੀ ਅੱਖ ਹੈ ਉਹ ਨਾਮ ਹੈ, ਕਿਉਂਕਿ ਇੱਕ ਐਸਾ ਨੌਜਵਾਨ ਜਿਸ ਨੇ ਹਮੇਸ਼ਾ ਸਿੱਖ ਧਰਮ ਦੇ ਬਾਰੇ ਨੌਜਵਾਨਾਂ ਨੂੰ ਨਵੀਂ ਸੇਧ ਦੇਣ ਦੇ ਲਈ ਛੋਟੀ ਉਮਰ ਦੇ ਵਿੱਚ ਆਪਣੀ ਕੋਸ਼ਿਸ਼ ਸ਼ੁਰੂ ਕੀਤੀ ਸੀ, ਪਰ ਉਹ ਕੋਸ਼ਿਸ਼ਾਂ ਆਪਾਂ ਕਹਿ ਸਕਦੇ ਕਿ ਇੱਕ ਦੁਖਦਾਈ ਘਟਨਾ ਦੇ ਨਾਲ ਵਿੱਚੇ ਰਹਿ ਗਈਆਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚਾਰਟ ਦਿਖਾ ਰਿਹਾ ਜਿਹੜਾ ਆਪਣੇ ਫਿਲੀਪੀਨਜ਼ ਟੂਰ ਤੋਂ ਪਹਿਲਾਂ ਗੁਰਚਰਨ ਦੇ ਵੱਲੋਂ ਇੱਥੇ ਪਲੈਨ ਕੀਤਾ ਗਿਆ ਸੀ। ਯਾਨੀ ਕਿ ਤੁਸੀਂ ਦੇਖੋ ਕਿ ਕਲਕੱਤਾ, ਕੋਲਕਾਤਾ ਤੋਂ ਢਾਕਾ, ਢਾਕਾ ਤੋਂ ਬਾਅਦ ਥਾਈਲੈਂਡ, ਅਸੀਂ ਉਸ ਤੋਂ ਬਾਅਦ ਥਾਈਲੈਂਡ ਤੋਂ ਮਲੇਸ਼ੀਆ, ਪਰ ਉਹ ਮਲੇਸ਼ੀਆ ਨਹੀਂ ਗਏ, ਉਹਨਾਂ ਨੇ ਸਿੰਗਾਪੁਰ ਜਾਣਾ ਸੀ, ਪਰ ਉਹ ਸਿੱਧਾ ਫਿਲੀਪੀਨਜ਼ ਚਲੇ ਜਾਂਦੇ ਨੇ। ਜਿਹੜਾ ਪ੍ਰੋਗਰਾਮ ਸੀ ਉਹਦੇ ਵਿੱਚ ਥੋੜ੍ਹਾ ਜਿਹਾ ਬਦਲਾਅ ਹੁੰਦਾ। ਮੇਰੇ ਨਾਲ ਜਿਹੜੇ ਪਿੰਡ ਦੇ ਮੋਹਤਵਰ ਬੰਦੇ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਵੀਰ ਜੀ ਕੀ ਨਾਮ ਹੈ ਤੁਹਾਡਾ? ਸਰਪੰਚ ਸਾਹਿਬ, ਕਿਸ ਤਰ੍ਹਾਂ ਦੇਖ ਲਿਆ ਇੰਨੀ ਦੁਖਦਾਈ ਘਟਨਾ? ਗੁਰਚਰਨ ਕਿਹੋ ਜਿਹਾ ਬੱਚਾ ਸੀ, ਕਿਉਂਕਿ ਤੁਸੀਂ ਤਾਂ ਪਿੰਡ ਦੇ ਵਿੱਚ ਦੇਖਿਆ ਹੋਣਾ? ਦੇਖੋ ਜੀ, ਉਸ ਬੱਚੇ ਬਾਰੇ ਅਤੇ ਉਸ ਬੱਚੇ ਬਾਰੇ ਕਿ ਉਹਦੀ ਮਾਂ ਵੱਲੋਂ ਪਹਿਲਾਂ 84 ਦੇ ਵਿੱਚ ਉਹ ਇੱਥੇ ਲੰਗ ਪਿੰਡ ਵਿੱਚ ਆ ਕੇ ਵਸੇ ਨੇ ਜੀ। ਉਹਨਾਂ ਨੇ ਇੱਕ ਇੱਥੇ ਮਾਤਾ ਸਾਹਿਬ ਕੌਰ ਸਕੂਲ ਖੋਲ੍ਹਿਆ ਅਤੇ ਉਹਦੇ ਤਹਿਤ ਬੱਚਿਆਂ ਨੂੰ 1 ਤੋਂ ਲੈ ਕੇ 2 ਤੋਂ ਲੈ ਕੇ 3 ਸਾਲ ਤੱਕ 4 ਸਾਲ ਤੱਕ ਬੱਚਿਆਂ ਨੂੰ ਇੱਥੇ ਸਿੱਖਿਆ ਦਿੰਦੇ ਰਹੇ। ਉਹਦਾ ਬੱਚਿਆਂ ਨਾਲ ਜਿਹੜਾ ਲਗਾਓ ਸੀ ਬਹੁਤ ਹੀ ਆਪਣੇ ਬੱਚਿਆਂ ਨਾਲ ਵੀ ਵੱਧ ਪਿਆਰਾ ਸੀ। ਉਸ ਸਮੇਂ ਉਹਨਾਂ ਦਾ ਵਿਆਹ ਨਹੀਂ ਹੋਇਆ ਸੀ, ਉਦੋਂ ਬਾਅਦ 'ਚ ਉਹਨਾਂ ਦਾ ਵਿਆਹ ਅੰਮ੍ਰਿਤਸਰ ਵਿਖੇ ਸਰਦਾਰ ਚੰਨੀ ਜੀ ਸੀ ਉਹਨਾਂ ਨਾਲ ਹੋਇਆ ਸੀਗਾ ਜੀ, ਉਹਨਾਂ ਦੇ ਡੈਡੀ ਜੀ ਨਾਲ। ਅਤੇ ਉਦੋਂ ਬਾਅਦ ਵਿਆਹ ਹੋਣ ਤੋਂ ਬਾਅਦ ਉਹਨਾਂ ਦੇ ਇੱਕ ਬੱਚਾ ਗੁਰਚਰਨ ਸਿੰਘ ਜੋ ਪੈਦਾ ਹੋਏ ਹੈ ਨਾ ਜੀ। ਅਤੇ ਉਹਨਾਂ ਦਾ ਜੀਵਨ ਸਾਦਗੀ ਜੀਵਨ ਸੀਗਾ, ਮਾਤਾ ਦਾ ਵੀ ਜੀਵਨ ਅਤਿ ਸਾਦਗੀ ਸੀ। ਹਰ ਸਮੇਂ ਵਾਹਿਗੁਰੂ ਕਰਦੇ ਸੀ, ਹੱਥ ਬੰਨ ਕੇ ਫਤਿਹ ਬੁਲਾਉਂਦੇ ਸੀ, ਫਤਿਹ ਤੋਂ ਵਾਹਿਗੁਰੂ ਜੋ ਕਰਨਾ ਵਾਹਿਗੁਰੂ ਨੇ ਕਰਨਾ, ਇੰਨਾ ਭਰੋਸਾ ਸੀ ਉਹਨਾਂ ਦਾ। ਸਰਪੰਚ ਸਾਹਿਬ, ਹੁਣ ਜਿਸ ਤਰ੍ਹਾਂ ਸਿੱਖੀ ਨੂੰ ਦਸਤਾਰ ਨੂੰ ਵਧਾਵਾ ਦੇਣ ਦੇ ਲਈ ਜਿਹੜਾ ਗੁਰਚਰਨ ਸੀ ਕੰਮ ਕਰ ਰਿਹਾ ਸੀ, ਪਹਿਲਾਂ ਮਾਡਲਿੰਗ ਵੀ ਕੀਤੀ ਉਹਨਾਂ ਨੇ, ਫਿਰ ਸਿੱਖੀ ਸਰੂਪ ਦੇ ਵਿੱਚ ਉਹਨੇ ਅੱਗੇ ਆਪਣਾ ਕੈਰੀਅਰ ਤੋਰਿਆ, ਅਤੇ ਹੁਣ ਜਿਸ ਤਰ੍ਹਾਂ ਦੀ ਬੇਵਕਤੀ ਮੌਤ ਹੋਈ ਹੈ, ਕਿਸ ਤਰ੍ਹਾਂ ਕਿੰਨਾ ਕੁ ਦੁੱਖ ਹੈ ਮਨ ਨੂੰ ਕਿ ਇੱਕ ਨੌਜਵਾਨ ਚਲਾ ਗਿਆ, ਪਰਿਵਾਰ ਦੇ ਪਿੱਛੇ ਕੋਈ ਮਾਤਾ ਜੀ ਦੇ ਲਈ ਸਹਾਰਾ ਵੀ ਨਹੀਂ ਬਚਿਆ? ਜਦੋਂ ਇੱਥੇ ਰਹਿੰਦੇ ਸੀਗੇ ਨਾ ਜੀ, ਉਸ ਟਾਈਮ ਉਹਦਾ ਜਿਹੜਾ ਬੀਬੀਆਂ ਨਾਲ, ਲੰਘ ਪਿੰਡ ਦੀਆਂ ਬੀਬੀਆਂ ਨਾਲ ਬਹੁਤ ਹੀ ਸਹਿਜਚਾਰ ਸੀ, ਉਹਦੇ ਦੁੱਖ ਸੁੱਖ 'ਚ ਵੀ ਵੱਟਦੇ ਸੀ, ਆਉਂਦੇ ਜਾਂਦੇ ਸੀ, ਬੱਚਿਆਂ ਨੂੰ ਆਪਦੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ। ਜਦੋਂ ਉਹਦਾ ਪਿੰਡ 'ਚ ਬੱਚਾ ਪਾਲਣ ਪੋਸ਼ਣ ਹੋਇਆ, ਬੱਚਾ ਪੜ੍ਹਿਆ, ਬਾਹਰ ਵੀ ਐਡਮ ਦੇਖ ਕੇ ਪੜ੍ਹਿਆ, ਅਤੇ ਉਸ ਤੋਂ ਬਾਅਦ ਲੋਕਾਂ ਨੇ ਵੀ ਬਹੁਤ ਲੰਘ ਪਿੰਡਾਂ ਨੇ ਮਦਦ ਕਰੀ ਉਹਦੀ, ਅਤੇ ਘਰ ਮਕਾਨ ਵੀ ਇੱਥੇ ਛੱਤ ਸੀ, ਛੱਤ ਵੀ ਬਾਲਿਆਂ ਵਾਲੀ ਛੱਤ ਕਹਿ ਦਈਏ, ਵੀ ਬਾਬੇ ਨਾਨਕ ਦੀ ਹੁਣ ਤਾਂ ਕਿਰਪਾ ਹੋ ਗਈ ਉਹਨਾਂ 'ਤੇ, ਵੀ ਜਦੋਂ ਵੀ ਬੱਚੇ ਨੇ ਸਿੱਖੀ ਨੂੰ ਪ੍ਰਮੋਟ ਕੀਤਾ ਅਤੇ ਬਾਹਰ ਜਾ ਕੇ ਟੂਰ ਆਪਣੇ ਟੂਰਾਂ 'ਤੇ ਗਿਆ ਜੀ, ਪੱਗਾਂ ਦਾ
ਪੱਗਾਂ ਬੰਨਣ ਲੱਗਾ ਸੀ, ਦਮਾਲੇ ਬੰਨਦਾ ਸੀ ਅਤੇ ਲੋਕਾਂ ਨੂੰ ਬਹੁਤ ਉਹਨੇ ਸਿੱਖਿਅਤ ਕੀਤਾ। ਜਿਹਦੇ ਉਪਰੰਤ ਉਹਦਾ ਹੁਣ ਯਾਨੀ ਸਾਊਂਡ ਪੋਜੀਸ਼ਨ ਹੋ ਗਈ। ਹੁਣ ਮਾਤਾ ਜੀ ਇਹ ਕਹਿਣ ਲੱਗ ਗਏ ਸੀ ਵੀ ਮੈਨੂੰ ਹੁਣ ਵੀ ਮੈਂ ਬਹੁਤ ਸੰਤੁਸ਼ਟ ਹਾਂ, ਵੀ ਮੈਂ ਜੋ ਪਹਿਲਾਂ ਲੋਕਾਂ ਤੋਂ ਕਰਦੀ ਸੀ ਵੀ ਮੈਂ ਹੁਣ ਕੋਈ ਦੇਣ ਯੋਗੀ ਹੋ ਗਈ। ਵੀ ਸਰਪੰਚ ਸਾਹਿਬ ਨੇ ਕਹਿੰਦੇ ਕਿ ਜਿਹੜਾ ਪਰਿਵਾਰ ਹੈ ਉਹਦੇ ਸਿਰਫ ਮਾਤਾ ਜੀ ਸੀ ਪਰਿਵਾਰ ਦੇ ਵਿੱਚ, ਹੁਣ ਤਾਂ ਗੁਰਚਰਨ ਸੀਗਾ ਅਤੇ ਉਹ ਇੱਕ ਗੁਰਸਿੱਖ ਪਰਿਵਾਰ ਸੀ, ਵਾਹਿਗੁਰੂ ਦਾ ਜਾਪ ਕਰਦੇ ਰਹਿੰਦੇ ਸੀ, ਉਹਦੇ ਮਾਤਾ ਜੀ ਸੀ ਜਿਹੜੇ। ਮੇਰੇ ਨਾਲ ਜਿਹੜੇ ਹੋਰ ਨੌਜਵਾਨ ਨੇ ਜਾਂ ਪਿੰਡ ਵਾਸੀ ਨੂੰ ਵੀ ਮੌਜੂਦ ਨੇ, ਇੱਕ ਨੌਜਵਾਨ ਨੇ ਜਿਹਨਾਂ ਨੇ ਸਾਨੂੰ ਦੱਸਿਆ ਸੀ ਕਿ ਉਹ ਅਕਸਰ ਚੰਨੀ ਦੇ ਨਾਲ ਜਾਂਦੇ ਰਹਿੰਦੇ ਸੀ, ਛੋਟਾ ਨਾਮ ਚੰਨੀ ਸੀ। ਤੁਹਾਡਾ ਕੀ ਨਾਮ? ਮੇਰਾ ਨਾਮ ਧਰਮਪ੍ਰੀਤ ਸਿੰਘ ਹੈ ਜੀ। ਧਰਮਪ੍ਰੀਤ ਕਿਸ ਤਰ੍ਹਾਂ ਦੀ ਸ਼ਖਸੀਅਤ ਸੀ ਗੁਰਚਰਨ, ਤੁਸੀਂ ਤਾਂ ਨਾਲ ਰਹੇ? ਮੈਂ ਬਚਪਨ ਤੋਂ ਗੁਰਚਰਨ ਸਿੰਘ ਦੇ ਨਾਲ ਹੀ ਰਿਹਾ ਜੀ। ਬਹੁਤ ਵਧੀਆ ਸ਼ਖਸੀਅਤ ਸੀ ਉਹਨਾਂ ਨੇ 2017 ਦੇ ਵਿੱਚ, ਅਤੇ ਪਤਾ ਨਹੀਂ 17 ਤੋਂ 18 ਦੇ ਵਿੱਚ ਆਪਣੇ ਮਿਸਟਰ ਸਿੰਘ ਦਾ ਅਵਾਰਡ 'ਚ ਫਸਟ ਰੈਂਕਿੰਗ ਸੀ ਉਹਨਾਂ ਦੀ, ਮਾਡਲਿੰਗ ਕਰਦੇ ਸੀਗੇ ਉਹ। ਉਸ ਤੋਂ ਬਾਅਦ 2019 ਦੇ ਵਿੱਚ ਮਿਸਟਰ ਪੰਜਾਬ ਦੇ ਵਿੱਚ ਟੌਪ 8 ਦੀ ਰੈਂਕਿੰਗ ਦੇ ਵਿੱਚ ਉਹਨਾਂ ਨਾਮ ਸੀਗਾ, ਅਤੇ 2018 ਦੇ ਵਿੱਚ ਹੀ ਮਿਸਟਰ ਪਟਿਆਲਾ ਦੇ ਵਿੱਚ ਰੈਂਕਿੰਗ ਬਣਦੇ ਸੀਗੇ ਉਹ। ਪਹਿਲਾਂ ਉਹ ਮਾਡਲਿੰਗ ਕਰਦੇ ਸੀਗੇ, ਉਸ ਤੋਂ ਬਾਅਦ ਉਹਨਾਂ ਦੇ ਉਦੋਂ ਵੀ ਇਹੀ ਸੀਗਾ ਕਿ ਸਾਬਤ ਸੂਰਤ ਸਿੱਖ ਮਾਡਲ ਬੰਦਾ ਬਣ ਸਕਦਾ, ਮੈਂ ਇਹ ਲੋਕਾਂ ਨੂੰ ਦੱਸਾਂ। ਉਸ ਤੋਂ ਬਾਅਦ ਉਹਨਾਂ ਨੇ ਚਲੋ ਘਰ ਦੀਆਂ ਮਜਬੂਰੀਆਂ ਕਰਕੇ ਖਰਚਾ ਨਾ ਹੋਣ ਕਰਕੇ ਉਹਨਾਂ ਨੇ ਪੱਗਾਂ ਸਿਖਾਉਣ ਦਾ ਕੰਮ ਸ਼ੁਰੂ ਕੀਤਾ ਜੀ। ਉਹਨਾਂ ਨੇ ਪੱਗਾਂ ਸਿਖਾਈਆਂ, ਘਰ ਘਰ ਜਾ ਕੇ ਕਲਾਸਿਸ ਦਿੰਦੇ ਰਹੇ ਕਿਉਂਕਿ ਆਫਿਸ ਖੋਲ੍ਹਣ ਵਾਸਤੇ ਜਾਂ ਕੁਛ ਕਰਨ ਵਾਸਤੇ ਇੰਨੇ ਪੈਸੇ ਨਹੀਂ ਸੀਗੇ। ਉਸ ਤੋਂ ਬਾਅਦ ਫਿਰ ਉਹਨਾਂ ਨੇ ਹੌਲੀ ਹੌਲੀ ਔਨਲਾਈਨ ਹੀ ਵਿਆਹਾਂ ਦੇ ਪ੍ਰੋਗਰਾਮ ਫੜਨੇ ਸ਼ੁਰੂ ਕੀਤੇ, ਹੌਲੀ ਹੌਲੀ ਫਿਰ ਤਰੱਕੀ ਹੁੰਦੀ ਗਈ ਹੁੰਦੀ ਗਈ। ਫਿਲਮਾਂ 'ਚ ਵੀ ਸਾਨੇ ਕੰਮ ਕੀਤਾ, ਸੂਬੇਦਾਰ ਜਗਿੰਦਰ ਸਿੰਘ ਮੂਵੀ ਦੇ ਵਿੱਚ ਵੀ ਉਹਨਾਂ ਦਾ ਰੋਲ ਰਿਹਾ। ਉਸ ਤੋਂ ਬਾਅਦ ਹੁਣ ਅੱਜ ਦੇ ਟਾਈਮ ਦੇ ਵਿੱਚ ਸਭ ਨੂੰ ਪਤਾ ਵੀ ਕਿੱਡਾ ਨਾਮ ਸੀ ਉਹਨਾਂ ਦਾ, ਅਤੇ ਹੁਣ ਵੀ ਉਹਨਾਂ ਦਾ ਇਹੀ ਮੋਟਿਵ ਸੀਗਾ ਕਿ ਮੈਂ ਦੁਨੀਆ 'ਚ ਹਰ ਕੋਨੇ ਜਾਵਾਂ, ਕਿਉਂਕਿ ਆਪਣਾ ਪੰਜਾਬੀ ਕੋਈ ਦੁਨੀਆ ਦਾ ਐਸਾ ਕੋਨਾ ਨਹੀਂ ਜਿੱਥੇ ਪੰਜਾਬੀ ਨਹੀਂ ਹੈਗੇ। ਉਹ ਕਹਿੰਦੇ ਸੀ ਪੰਜਾਬੀ ਤਾਂ ਹੈਗੇ ਨੇ ਪਰ ਉਹਨਾਂ ਸਿਰ 'ਤੇ ਦਸਤਾਰਾਂ ਨਹੀਂ। ਉਹ ਪੰਜਾਬੀਆਂ ਨੂੰ ਮੋਟੀਵੇਟ ਕਰਨਾ ਚਾਹੁੰਦੇ ਸੀਗੇ ਵੀ ਤੁਸੀਂ ਕੇਸ ਰੱਖੋ ਨਾ ਰੱਖੋ ਤੁਹਾਡੀ ਮਰਜ਼ੀ ਹੈ, ਪਰ ਹਰ ਇੱਕ ਬੰਦੇ ਨੂੰ ਦਸਤਾਰ ਬੰਨਣੀ ਆਉਣੀ ਜ਼ਰੂਰੀ ਹੈ ਤਾਂ ਕਿ ਸਾਡੀ ਪਹਿਚਾਣ ਨਾ ਖਤਮ ਹੋ ਜਾਵੇ। ਕਿਸ ਤਰ੍ਹਾਂ ਲੱਗਦਾ ਜਦੋਂ ਤੁਹਾਨੂੰ ਪਿੰਡ ਦੇ ਵਿੱਚ ਇਸ ਖਬਰ ਦਾ ਪਤਾ ਲੱਗਿਆ ਕਿ ਗੁਰਚਰਨ ਦੀ ਮੌਤ ਹੋ ਚੁੱਕੀ ਹੈ, ਅਤੇ ਹੁਣ ਉੱਥੇ ਦੀ ਕੀ ਅਪਡੇਟ ਹੈ? ਹਾਂਜੀ, ਮੈਂ ਉਹਨਾਂ ਦਾ ਵੈਸੇ ਤਾਰ ਟਰਬਨ ਸੈਂਟਰ ਦੀ ਮੈਨੇਜਮੈਂਟ ਸਾਰੀ ਮੇਰੇ ਕੋਲ ਸੀ ਉਹਨਾਂ ਦੇ ਜਾਣ ਤੋਂ ਬਾਅਦ, ਅਤੇ ਮੈਨੂੰ ਮੋਰਨਿੰਗ ਆਪਣੇ ਇੰਡੀਆ ਦੇ ਟਾਈਮ ਦੇ ਅਕੋਰਡਿੰਗ 6:30 ਵਜੇ ਕਾਲ ਆਈ ਸੀਗੀ ਉਹਨਾਂ ਦੇ ਕਿਸੇ ਰਿਲੇਟਿਵ ਦੀ, ਉਹਨਾਂ ਦੇ ਮਦਰ ਨੇ ਉਹਨਾਂ ਨੂੰ ਕਾਲ ਕੀਤੀ ਹੋਣੀ, ਅਤੇ ਉਹਨਾਂ ਨੇ ਮੈਨੂੰ ਕਾਲ ਕੀਤੀ ਵੀ ਗੁਰਚਰਨ ਦੀ ਇੱਦਾਂ ਕਰਕੇ ਉੱਥੇ ਡੈਥ ਹੋ ਗਈ। ਮੈਨੇ ਉਹਨਾਂ 'ਤੇ ਕੋਈ ਯਕੀਨ ਨਹੀਂ ਕੀਤਾ ਜੀ, ਮੈਂ ਕਿਹਾ ਵੀ ਨਹੀਂ ਵੀ ਇਹ ਗੱਲ ਹੋ ਨਹੀਂ ਸਕਦੀ, ਅਤੇ ਉਸ ਤੋਂ ਬਾਅਦ ਮੈਨੇ ਕਾਲ ਕੀਤਾ ਉਹਨਾਂ ਦੇ ਨੰਬਰ 'ਤੇ ਕੋਈ ਚੱਕ ਨਹੀਂ ਰਿਹਾ ਸੀਗਾ, ਅਤੇ ਉਸ ਤੋਂ ਬਾਅਦ ਫਿਰ ਮੈਂ ਦੂਸਰੇ ਆਪਣੇ ਟੀਮਮੇਟਸ ਨੂੰ ਕਾਲ ਕੀਤਾ, ਅਤੇ ਅਸੀਂ ਹੌਲੀ ਹੌਲੀ ਕਰਕੇ ਗੁਰਦੁਆਰਾ ਸਾਹਿਬ ਵਾਲਿਆਂ ਨਾਲ ਕੰਟੈਕਟ ਕੀਤਾ, ਅਤੇ ਫਿਰ ਉਹਨਾਂ ਨੇ ਸਾਨੂੰ ਦੱਸਿਆ ਕਿ ਹਾਂ ਇਹ ਖਬਰ ਸੱਚੀ ਹੈ ਜੀ। ਅਤੇ ਉਸ ਤਰ੍ਹਾਂ ਉਹਨਾਂ ਨੇ ਜਿੱਦਾਂ ਉਹਨਾਂ ਨੇ ਸਾਨੂੰ ਦੱਸਿਆ, ਉਹ ਕਹਿੰਦੇ ਵੀ ਇਹਨਾਂ ਨੇ ਜਾਣਾ ਸੀਗਾ ਚਾਈਨਾ 22 ਤਰੀਕ ਨੂੰ ਰਾਤ ਦੀ ਫਲਾਈਟ ਸੀ ਇਹਨਾਂ ਦੀ ਚਾਈਨਾ ਦੀ, ਉਹ ਚਾਈਨਾ ਜਾਣ ਵਾਸਤੇ ਉਸ ਤੋਂ ਪਹਿਲਾਂ ਸਾਡੇ ਨਾਲ ਗੱਲਬਾਤ ਕਰਕੇ ਮੈਂ ਚਾਈਨਾ ਜਾਣ ਲੱਗਿਆ, ਉਹ ਸਾਨੂੰ ਬਾਏ ਕਰ ਗਏ ਸੀਗੇ ਇੱਕ ਵਾਰੀ ਕਾਲ 'ਤੇ ਵੀ ਠੀਕ ਆਪਾਂ ਚਾਈਨਾ ਪਹੁੰਚ ਕੇ ਗੱਲ ਕਰਾਂਗੇ। ਉਹ ਕਹਿੰਦੇ ਵੀ ਨਹਾਉਣ ਤੋਂ ਜਦੋਂ ਨਹਾਉਣ ਗਏ ਉਹ ਚਾਈਨਾ ਵਾਸਤੇ ਰੈਡੀ ਹੋਣ ਵਾਸਤੇ, ਉੱਪਰ ਨਾ ਉਹਨਾਂ ਨੂੰ ਚੱਕਰ ਆਏ ਵਾਸ਼ਰੂਮ ਵਿੱਚ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਹੋਸਪਿਟਲ ਲੈ ਕੇ ਜਾਇਆ ਗਿਆ, ਅਤੇ ਉੱਥੇ ਡਾਕਟਰਾਂ ਨੇ ਦੱਸਿਆ ਕਿ ਇਹਨਾਂ ਨੂੰ ਜੋ ਦਿਮਾਗ ਨੂੰ ਗੈਸ ਚੜ ਗਈ ਸੀ ਇਹਨਾਂ ਦੇ, ਅਤੇ ਉਹਨਾਂ ਦੇ ਮਾਤਾ ਜੀ ਦੇ ਦੌਰਾਨ ਜੀ ਉਹਨਾਂ ਨੇ ਮਾਤਾ ਜੀ ਦੱਸਿਆ ਕਿ ਇਹਨਾਂ ਦੁਪਹਿਰੇ ਛੋਲੇ ਬਣੇ ਹੋਏ ਸੀ, ਬੜੇ ਸਵਾਦ ਸੀਗੇ, ਅਤੇ ਉਹਨਾਂ ਨੇ ਜ਼ਿਆਦਾ ਖਾ ਲਏ ਸੀਗੇ, ਉਹਦੇ ਕਰਕੇ ਹੋ ਗਿਆ ਸੀ। ਉਹਨਾਂ ਨੇ ਮੈਡੀਸਿਨ ਦਿੱਤੀ ਚਾਈਨਾ ਦੀਆਂ ਟਿਕਟਾਂ ਵਗੈਰਾ ਕੈਂਸਲ ਕਰਕੇ, ਉਹਨਾਂ ਦੀ ਮਾਤਾ ਜੀ ਕਹਿੰਦੇ ਆਪਾਂ ਇੱਥੇ ਰੈਸਟ ਕਰੋ, ਉੱਥੇ ਫਿਲੀਪੀਨਸ ਰੁਕ ਗਏ ਜੀ। ਅਤੇ ਉਸ ਤੋਂ ਅਗਲੇ ਦਿਨ 23 ਤਰੀਕ ਨੂੰ ਸਵੇਰੇ 4 ਵਜੇ ਦੇ ਕਰੀਬ ਉਹਨਾਂ ਦੀ ਬੈਕ 'ਚ ਦਰਦ ਸ਼ੁਰੂ ਹੋਇਆ ਅਤੇ ਤਿਉਣੀਆਂ ਆਉਣ ਲੱਗ ਗਿਆ, ਪਸੀਨਾ ਆਉਣ ਲੱਗ ਗਿਆ ਉਹਨਾਂ ਨੂੰ। ਉਹਨਾਂ ਨੂੰ ਜਦੋਂ ਹੋਸਪਿਟਲ ਲੈ ਕੇ ਗਏ ਤਾਂ ਹੋਸਪਿਟਲ ਵਾਲਿਆਂ ਨੇ ਦੱਸਿਆ ਵੀ ਇਹਨਾਂ ਦੀ ਹਾਰਟਬੀਟ ਘਟੀ ਹੋਈ ਹੈ, 30 ਸੀਗੀ ਉਹਨਾਂ ਦੀ ਹਾਰਟਬੀਟ, ਅਤੇ ਉਹਨਾਂ ਦਾ ਤਕਰੀਬਨ 2 ਤੋਂ 2.5 ਘੰਟੇ ਉਹਨਾਂ ਨੇ ਟ੍ਰੀਟਮੈਂਟ ਕੀਤਾ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਹਾਰਟ ਅਟੈਕ ਆਇਆ ਜੋ ਸਾਨੂੰ ਡਾਕਟਰਾਂ ਵੱਲੋਂ ਦੱਸਿਆ ਗਿਆ ਜੀ, ਅਤੇ ਉੱਥੋਂ ਦੇ ਗੁਰਦੁਆਰਾ ਕਮੇਟੀ ਵੱਲੋਂ ਦੱਸਿਆ ਗਿਆ ਜੀ। ਹੁਣ ਕਦੋਂ ਤੱਕ ਡੈੱਡ ਬੋਡੀ ਪਿੰਡ ਆਉਣ ਦੀ ਉਮੀਦ? ਉਹਨਾਂ ਨਾਲ ਅੱਜ ਸਾਡੀ ਗੱਲਬਾਤ ਹੋਈ ਸੀਗੀ ਜੀ, ਉੱਥੇ ਕੁਛ ਬਾਰਿਸ਼ ਜ਼ਿਆਦਾ ਹੋਣ ਕਰਕੇ ਪਾਣੀ ਆਇਆ ਹੋਇਆ, ਉਸ ਕਰਕੇ ਥੋੜ੍ਹੀ ਜਿਹੀ ਦਿੱਕਤ ਆ ਰਹੀ ਆ, ਬਟ ਉਹ ਕਹਿੰਦੇ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਸ਼ਨੀਵਾਰ ਜਾਂ ਐਤਵਾਰ ਨੂੰ ਬੋਡੀ ਇੱਥੋਂ ਭੇਜ ਦਿੱਤੀ ਜਾਵੇ। ਉੱਥੇ ਦੀ ਗੁਰਦੁਆਰਾ ਕਮੇਟੀ ਅਤੇ ਉੱਥੇ ਵੱਸਦੇ ਆਪਣੇ ਪੰਜਾਬੀ ਪਰਿਵਾਰ
ਸਾਡਾ ਬਹੁਤ ਜ਼ਿਆਦਾ ਸਹਿਯੋਗ ਕਰ ਰਹੇ ਨੇ, ਮਾਤਾ ਜੀ ਦਾ ਧਿਆਨ ਰੱਖ ਰਹੇ ਨੇ ਅਤੇ ਪਲ ਪਲ ਦੀ ਖਬਰ ਸਾਨੂੰ ਦੇ ਰਹੇ ਨੇ ਜੀ। ਸੋ ਧਰਮਪ੍ਰੀਤ ਨੇ ਗੇ, ਧਰਮਪ੍ਰੀਤ ਦੇ ਨਾਲ ਹੋਰ ਪਿੰਡ ਵਾਸੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਵੀਰ ਜੀ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਜਹਧਰਮਜੀਤ ਸਿੰਘ ਲੰਗ ਜੀ। ਲੰਗ ਸਾਹਿਬ ਕਿਵੇਂ ਦੇਖਦੇ ਹੋ, ਤੁਹਾਡੇ ਤਾਂ ਹੱਥਾਂ 'ਚ ਪੜਿਆ ਹੋਊਗਾ ਜਿਹੜਾ ਗੁਰਚਰਨ ਸੀ, ਕਿਸ ਤਰ੍ਹਾਂ ਦਾ ਲੜਕਾ ਸੀ? ਗੁਰਚਰਨ ਸਿੰਘ ਬਹੁਤ ਇੱਕ ਵਧੀਆ ਬੱਚਾ ਸੀ, ਬਹੁਤ ਵਧੀਆ, ਅੱਜ ਨੇਕ ਇਨਸਾਨ ਬਣ ਗਿਆ ਸੀ, ਅੱਜ ਬੱਚਾ ਨਹੀਂ ਰਿਹਾ ਸੀ। ਅਤੇ ਸ਼ੁਰੂ ਤੋਂ ਜਿਵੇਂ ਕਹਿੰਦੇ ਵਾਕਈ ਮੇਰੇ ਹੱਥਾਂ 'ਚ ਖੇਡਿਆ, ਅਤੇ ਸ਼ੁਰੂ ਤੋਂ ਜਦੋਂ ਬੱਚਾ ਹੁੰਦਾ ਬਚਪਨ ਬਹੁਤ ਸੋਹਣਾ ਪੜ੍ਹਦਾ ਸੀ ਔਰ ਬਹੁਤ ਸੋਹਣਾ ਇਹ ਜਿਹੜਾ ਲੋਕਾਂ ਨੂੰ ਪਿਆਰ ਕਰਦਾ ਸੀ। ਅਤੇ ਅੱਜ ਜਿਹੜੀ ਸਥਿਤੀ ਸੀ, ਉਹ ਪਹਿਲਾਂ ਬੜੇ ਮਾੜੇ ਦੌਰ 'ਚੋਂ ਗੁਜ਼ਰਿਆ, ਬੜਾ ਮੋਦੀ ਮਾਤਾ ਨੇ ਬੜਾ ਗੁਰੂ ਦਾ ਸਿਮਰਨ ਕਰਕੇ ਲੋਕਾਂ ਨਾਲ ਸਹਿਯੋਗ ਕਰਕੇ ਉਹਨੂੰ ਪੜ੍ਹਾਇਆ ਅਤੇ ਪਾਲਿਆ ਜੀ, ਉਸ ਚੀਜ਼ ਨੂੰ ਅੱਜ ਕਵਰ ਕਰਕੇ ਅੱਜ ਅਸੀਂ ਬੜਾ ਇਹ ਕਮਾਣ ਮਹਿਸੂਸ ਕਰਦੇ ਵੀ ਸਾਡੇ ਪਿੰਡ ਤੋਂ ਬੱਚਾ ਇਸ ਤਰ੍ਹਾਂ ਦੇ ਹਾਲਾਤਾਂ 'ਚ ਗੁਜ਼ਰ ਕੇ ਪੜ੍ਹ ਕੇ ਉਹ ਵੀ ਆਪਣੇ ਗੁਰੂ ਦੇ ਸਿੱਖੀ ਸਰੂਪ ਨੂੰ ਕਾਇਮ ਰੱਖ ਕੇ ਅੱਜ ਇਸ ਮੰਜ਼ਿਲ 'ਤੇ ਪਹੁੰਚ ਗਿਆ ਜੀ। ਪਰ ਅੱਜ ਪਤਾ ਨਹੀਂ ਕੁਦਰਤ ਨੂੰ ਕੀ ਮਨਜ਼ੂਰ ਹੋਇਆ, ਅਤੇ ਜਿਹੜੇ ਮੈਂ ਦੱਸ ਪਹਿਲਾਂ ਚੰਨੀ ਨੇ ਦੱਸਿਆ ਕਿ 3 ਦਿਨ ਪਹਿਲਾਂ ਪਰਸੋਂ ਰੋਜ਼ ਸਾਨੂੰ ਪਤਾ ਲੱਗਿਆ ਵੀ ਇੱਦਾਂ ਕਰਕੇ ਬੱਚੇ ਦੀ ਆਹ ਗੱਲ ਹੋ ਗਈ, ਵਾਕਈ ਯਕੀਨ ਨਹੀਂ ਆ ਰਿਹਾ ਸੀ। ਮੈਂ ਸਰਪੰਚ ਨੂੰ ਕਨੈਕਟ ਕੀਤਾ, ਉਹ ਤੋਂ ਬਾਅਦ ਅਸੀਂ ਨੰਬਰ ਟਰੇਸ ਕੀਤਾ, ਬਾਹਰ ਗੱਲ ਕੀਤੀ, ਅਤੇ ਜਿਹੜਿਆਂ ਨੇ ਉਹਨਾਂ ਪਰਿਵਾਰ ਨੂੰ ਸਾਂਭਿਆ ਵਾ ਉੱਥੇ ਉਹਨਾਂ ਨਾਲ ਗੱਲ ਕੀਤੀ, ਉਹਨਾਂ ਦੱਸਿਆ ਇੱਦਾਂ ਹਾਲਾਤ ਹੋਏ ਜੋ ਵੀ ਹੋਇਆ। ਉਹ ਤੋਂ ਬਾਅਦ ਮਾਤਾ ਜੀ ਨਾਲ ਗੱਲ ਕੀਤੀ, ਅਤੇ ਉਹ ਜਿਹੜਾ ਸਮਾਂ ਸੀ ਉਹ ਬੜਾ ਕਹਿਣ ਲੱਗ ਰਿਹਾ ਸੀ ਪਰਿਵਾਰ ਦੇ ਤੌਰ 'ਤੇ, ਜਾ ਕਹਿ ਦੇ ਵੀ ਕਿਵੇਂ ਆਪਾਂ ਇਹਨੂੰ ਦੁੱਖ ਨੂੰ ਬਿਆਨ ਕਰੀਏ ਅਤੇ ਕਿਵੇਂ ਇੱਕ ਦੁੱਖ ਨੂੰ ਸਹਿਣ ਕਰੀਏ ਕਿ ਮਾਤਾ ਨੂੰ ਕੀ ਸ਼ਬਦ ਬੋਲੀਏ ਅਸੀਂ। ਬਿਲਕੁਲ ਜੀ। ਸੋ ਲੰਗ ਸਾਹਿਬ ਨੇ ਪਿੰਡ ਦੇ ਮੋਹਤਬਾਰ ਬੰਦੇ ਨੇ ਜਿਨ੍ਹਾਂ ਨੇ ਸਾਰਿਆਂ ਨੇ ਇਹੀ ਗੱਲ ਕਹੀ ਹੈ ਕਿ ਜਿਹੜਾ ਪਰਿਵਾਰ ਸੀ ਉਹਦੇ ਮਾਤਾ ਜੀ ਨੇ ਬੜੇ ਤੰਗੀ ਤੁਰਸ਼ੀ ਦੇ ਹਾਲਾਤਾਂ ਦੇ ਵਿੱਚ ਜਿਹੜਾ ਗੁਰਚਰਨ ਹੈ ਉਹਦੀ ਪਾਲਣਾ ਪੋਸ਼ਣ ਕੀਤੀ, ਪਰ ਉਹ ਆਪਣੇ ਸਿੱਖੀ ਧਰਮ ਤੋਂ ਨਹੀਂ ਡੋਲਿਆ। ਅਤੇ ਸਿੱਖ ਧਰਮ ਦੀ ਜਿਹੜੀ ਸ਼ਾਨ ਹੁੰਦੀ ਹੈ ਦਸਤਾਰ ਕਲਚਰ ਨੂੰ ਅੱਗੇ ਵਧਾਉਣ ਦੇ ਲਈ, ਉਸਨੇ ਦੇਸ਼ ਵਿਦੇਸ਼ਾਂ ਦੇ ਵਿੱਚ ਘਰ ਘਰ ਜਾ ਕੇ ਬੱਚਿਆਂ ਨੂੰ ਦਸਤਾਰ ਜਾਂ ਦੁਮਾਲੇ ਬੰਨਣ ਦੀ ਟ੍ਰੇਨਿੰਗ ਦਿੱਤੀ। ਅਤੇ ਹੁਣ ਵੀ ਉਹ ਵਿਸ਼ਵ ਟੂਰ 'ਤੇ ਸੀ ਜਦੋਂ ਫਿਲੀਪੀਨਸ ਦੇ ਵਿੱਚ ਉਹਨਾਂ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ। ਐਤਵਾਰ ਤੱਕ ਜਿਹੜੇ ਪਿੰਡ ਵਾਸੀ ਨੇ ਉਹਨਾਂ ਨੇ ਕਿਹਾ ਕਿ ਲਾਸ਼ ਹੈ ਜਿਹੜੀ ਉਹਦੀ ਡੈੱਡ ਬੋਡੀ ਪਿੰਡ 'ਚ ਆਊਗੀ ਅਤੇ ਉਸ ਤੋਂ ਬਾਅਦ ਉਹਦਾ ਅੰਤਿਮ ਸੰਸਕਾਰ ਕੀਤਾ ਜਾਊਗਾ। ਪਰ ਇਸ ਪਿੰਡ ਦੇ ਵਿੱਚ ਅਤੇ ਪਟਿਆਲਾ ਇਲਾਕੇ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਸੋਗ ਹੈ, ਸ਼ੋਕ ਦੀ ਲਹਿਰ ਹੈ ਕਿ ਇੱਕ ਐਸਾ ਨੌਜਵਾਨ ਜਿਸ ਨੇ ਹਮੇਸ਼ਾ ਆਪਣੀ ਮਿਹਨਤ ਦੇ ਬਲਬੂਤੇ 'ਤੇ ਦਸਤਾਰ ਸਜਾਉਣ ਦੀ ਟ੍ਰੇਨਿੰਗ ਲੋਕਾਂ ਨੂੰ ਦਿੱਤੀ, ਉਹ ਅੱਜ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ। ਪਟਿਆਲਾ ਦੇ ਪਿੰਡ ਲੰਗ ਤੋਂ ਮਨੋਜ ਸ਼ਰਮਾ, ਨਿਊਜ਼ 18 ਪੰਜਾਬ।